ਧੂਰੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਚਲਾਏ ਅਭਿਆਨ ਦੇ ਵਿੱਚ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਪੁਲਿਸ ਨੇ ਦਿੱਲੀ ਨੰਬਰ ਦੀ ਸਵਿਫਟ ਕਾਰ ਦੇ ਵਿੱਚੋਂ 60 ਕਿਲੋ ਚੂਰਾ ਪੋਸਤ ਬਰਾਮਦ ਕਰਕੇ ਦੋ ਲੋਕਾਂ ਨੂੰ ਕਾਬੂ ਕੀਤਾ। ਪੁਲਿਸ ਦਾਅਵਾ ਕਰ ਰਹੀ ਹੈ ਕਿ ਇਹ ਲੋਕ ਦੂਜੇ ਸੂਬਿਆਂ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਚੂਰਾ ਪੋਸਤ ਲਿਆ ਕੇ ਛੋਟੇ ਛੋਟੇ ਪੈਕਟਾਂ ਦੇ ਵਿੱਚ ਬਣਾ ਕੇ ਸਪਲਾਈ ਕਰਦੇ ਸਨ। ਕੱਲ੍ਹ ਮਿਤੀ 8/6/17 ਨੂੰ ਵੀ ਸਪੈਸ਼ਲ ਨਾਕਾਬੰਦੀ ਔਰਗਨਾਈਜ਼ ਕੀਤੀ ਗਈ ਸੀ ਕਿਉਂਕਿ ASI ਅਮਰੀਕ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਪ੍ਰੋਪਰ ਵਹੀਕਲ ਚੈਕਿੰਗ ਕੀਤੀ ਜਾ ਰਹੀ ਸੀ। ਇੰਨੇ ਵਿੱਚ ਜਦੋਂ ਉਹਨੇ ਚੈਕਿੰਗ ਕਰ ਰਹੇ ਸਨ ਤਾਂ ਇੱਕ ਦਿੱਲੀ ਨੰਬਰ ਦੀ ਸਵਿਫਟ ਕਾਰ ਆਈ ਜਿਸ ਨੂੰ ਇਹਨਾਂ ਨੇ ਸ਼ੱਕ ਦੇ ਬਿਨਾਂ 'ਤੇ ਰੋਕਿਆ, ਦੋ ਸ਼ਖਸਾਂ ਨੂੰ ਕਾਬੂ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਪ੍ਰੋਪਰ ਤਲਾਸ਼ੀ ਲੈ ਕੇ ਗੱਡੀ ਨੂੰ ਉਹਦੇ ਵਿੱਚੋਂ 60 ਕਿਲੋ ਭੁੱਕੀ ਚੂਰਾ ਪੋਸ ਬਰਾਮਦ ਕੀਤੀ ਜੋ ਇਹਨਾਂ ਨੇ ਮੌਕਾ ਪਰ ਆਪਣਾ ਪੁਲਿਸ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 66 ਮਿਤੀ 8/6/17 ਅੰਡਰ ਸੈਕਸ਼ਨ 15-85 ਦਰਜ ਥਾਣਾ ਰਜਿਸਟਰ ਕਰਾਇਆ ਅਤੇ ਇਹ ਜੋੜੇ ਸਮਗਲਰ ਨੇ ਕਾਕਾ ਵਾਸੀ ਸਮੁੰਦਰਗੜ ਛੰਨਾ ਅਤੇ ਸਤਿੰਦਰ ਜਿਹੜਾ ਹੈਗਾ ਨਾਭੇ ਦਾ, ਇਹਨਾਂ ਤੋਂ ਗਹਿਰਾਈ ਨਾਲ ਪੁੱਛ ਕੀਤੀ ਜਾਵੇਗੀ ਕਿਉਂਕਿ ਬੜੇ ਚਿਰ ਤੋਂ ਇਸ ਜਿਹੜਾ ਚੂੜਾਪੁਰ ਭੁੱਕੀ ਚੂੜਾ ਪੋਸ ਦੇ ਜਿਹੜੇ ਸਮਗਲਿੰਗ 'ਚ ਲਿਪਤ ਸਨ ਅਤੇ ਬਹੁਤ ਹੀ ਭਾਰੀ ਮਾਤਰਾ ਵਿੱਚ ਇਹ ਬਦਾਇਓ ਯੂਪੀ ਵਗੈਰਾ ਤੋਂ ਲਿਆ ਕੇ ਭੁੱਕੀ ਬਲਕ ਦੇ ਵਿੱਚ ਇਕੱਠੀ ਭੁੱਕੀ ਲਿਆਉਂਦੇ ਸਨ ਅਤੇ ਅੱਗੇ ਇਹ ਵੱਖ ਵੱਖ ਥਾਵਾਂ 'ਤੇ ਜਾ ਕੇ ਆਪ ਖੁਦ ਕੋਰੀਅਰ ਬਣ ਕੇ ਮੋਟਰਸਾਈਕਲ 'ਤੇ ਜਾ ਕੇ ਸਪਲਾਈ ਕਰਦੇ ਸਨ। ਇਹਨਾਂ ਦਾ ਜਿਹੜਾ ਮੇਨ ਚੇਨ ਆ ਜਿੱਥੋਂ ਲਿਆਉਂਦੇ ਆ ਉਹਦੀ ਵੀ ਪੂਰੀ ਪੜਚੋਲ ਕੀਤੀ ਜਾਵੇਗੀ ਅਤੇ ਜਿਹੜੇ ਅੱਗੇ ਇਹਨਾਂ ਦੇ ਛੋਟੇ ਛੋਟੇ ਕੋਰੀਅਰ ਬਣਾ ਕੇ ਲੋਕਾਂ ਤੱਕ ਪਹੁੰਚ ਕਰਦੇ ਆ ਉਹਨਾਂ ਦੀ ਵੀ ਪੂਰੀ ਖੰਗਾਲ ਕਰਕੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਪਹਿਰੇਦਾਰ TV।